ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਮਿੰਦਰ ਸ਼ੇਰਗਿੱਲ ਗਲੋਬਲ ਵੀਜ਼ਾ ਹੈਲਪਲਾਈਨ ਤੋਂ। ਅੱਜ ਆਪਾਂ ਗੱਲ ਕਰ ਰਹੇ ਹਾਂ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ। ਜੇ ਤੁਸੀਂ ਆਪਣਾ ਸਟੱਡੀ ਵੀਜ਼ਾ ਲਗਾਉਣਾ ਚਾਹੁੰਦੇ ਹੋ ਕੈਨੇਡਾ ਦਾ, ਕਿਸੇ ਵੀ ਕਾਲਜ ਦੇ ਵਿੱਚ ਜਾਣਾ ਚਾਹੁੰਦੇ ਹੋ ਕੈਨੇਡਾ ਦੇ, ਤਾਂ ਗਲੋਬਲ ਵੀਜ਼ਾ ਹੈਲਪਲਾਈਨ ਦਾ ਜੋ ਕੰਟੈਕਟ ਨੰਬਰ ਨੀਚੇ ਚੱਲ ਰਿਹਾ 9250392503 ਤੋਂ ਕਾਲ ਕਰ ਸਕਦੇ ਹੋ ਅਤੇ ਬਿਨਾਂ ਕੋਈ ਵੀ ਐਡਵਾਂਸ ਦੇ ਵਿੱਚ ਪੈਸਾ ਦਿੱਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਜਿਹੜਾ ਹੈ ਉਹ ਸਾਕਾਰ ਕਰ ਸਕਦੇ ਹੋ। ਤੁਹਾਡੀ ਜੇ ਪਹਿਲਾਂ ਆਲਰੇਡੀ ਕੈਨੇਡਾ ਦੀ ਰਿਫਿਊਜ਼ਲ ਹੈ ਕਿਸੇ ਏਜੰਟ ਦੇ ਥਰੂ, ਤਾਂ ਇੱਕ ਵਾਰੀ ਆਪਣਾ ਰਿਫਿਊਜ਼ਲ ਲੈਟਰ, ਆਪਣੇ ਡਾਕੂਮੈਂਟਸ ਲੈ ਕੇ ਗਲੋਬਲ ਵੀਜ਼ਾ ਹੈਲਪਲਾਈਨ ਦੇ ਆਪਣੇ ਨੇੜਲੇ ਆਫਿਸ ਚੰਡੀਗੜ੍ਹ, ਖੰਨਾ, ਜਲੰਧਰ ਦੇ ਵਿੱਚ ਮੈਨੂੰ ਜਾਂ ਮੇਰੀ ਟੀਮ ਨੂੰ ਜਿਹੜਾ ਤੁਸੀਂ ਆ ਕੇ ਮਿਲ ਸਕਦੇ ਹੋ ਅਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਸਭ ਤੋਂ ਪਹਿਲਾਂ ਹੁਣ ਆਪਾਂ ਵਧਾਈ ਦੇਣਾ ਚਾਹਵਾਂਗੇ ਜਸਟਿਨ ਟਰੂਡੋ ਨੂੰ, ਜਿਨ੍ਹਾਂ ਨੇ ਦੁਬਾਰਾ ਜਿਹੜਾ ਹੈਗਾ ਆਪਣਾ ਸਰਕਾਰ ਨੂੰ ਦੁਬਾਰਾ ਲਿਆਂਦਾ ਹੈਗਾ, ਅਤੇ ਜਗਮੀਤ ਸਿੰਘ ਜਿਹੜੇ ਹੈਗੇ ਆ ਪੰਜਾਬੀਆਂ ਦੇ ਭਰਾ ਵੱਡੇ, ਉਹਨਾਂ ਨੂੰ ਆਪਾਂ ਮੁਬਾਰਕਬਾਦ ਦੇਣਾ ਚਾਹਵਾਂਗੇ ਕੈਨੇਡਾ ਦੇ ਵਿੱਚ ਇੰਨੀ ਅੱਛੀ ਜਿਹੜਾ ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈਗਾ। ਇਸ ਦੇ ਨਾਲ ਹੀ ਮੈਂ ਕਹਿਣਾ ਚਾਹਾਂਗਾ ਕੈਨੇਡਾ ਸਟੱਡੀ ਵੀਜ਼ਾ ਦਾ ਬਹੁਤ ਜ਼ਿਆਦਾ ਕਰੇਜ਼ ਹੈਗਾ। ਜੇ ਤੁਸੀਂ ਜਨਵਰੀ ਇਨਟੇਕ 2020 ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਮਈ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਕੁਛ ਸਟੂਡੈਂਟਸ ਨੇ ਕਿਸੇ ਪਾਰਟੀਕੁਲਰ ਕੋਰਸਿਸ ਦੇ ਵਿੱਚ ਜਾਣਾ ਹੈਗਾ, ਉਹ ਕੋਰਸ ਜਿਹੜੇ ਹੈਗੇ ਆ ਸਪਤੰਬਰ 2020 ਦੇ ਲਈ ਹੀ ਓਨਲੀ ਅਵੇਲੇਬਲ ਹੈਗੇ ਆ। ਤਿੰਨੋਂ ਇਨਟੇਕ ਇਸ ਟਾਈਮ ਜਿਹੜੇ ਹੈਗੇ ਓਪਨ ਆ ਜੀ। ਤਿੰਨੋਂ ਇਨਟੇਕ ਦੇ ਲਈ ਤੁਸੀਂ ਆਪਣਾ ਸਟੱਡੀ ਵੀਜ਼ਾ ਗਲੋਬਲ ਵੀਜ਼ਾ ਹੈਲਪਲਾਈਨ ਦੇ ਥਰੂ ਪ੍ਰੋਸੈਸ ਕਰ ਸਕਦੇ ਹੋ ਕੋਈ ਵੀ ਐਡਵਾਂਸ ਪੈਸਾ ਦਿੱਤੇ ਬਿਨਾਂ। ਤੁਸੀਂ ਆਪਣੀ ਜਿਹੜੀ ਕਾਲਜ ਫੀਸ ਹੈ, ਆਫਰ ਲੈਟਰ ਫੀਸ ਹੈ, ਜਾਂ ਯੂਨੀਵਰਸਿਟੀ ਫੀਸ ਹੈ, ਆਪਣੀ ਕੋਈ ਵੀ ਤੁਹਾਡੀ ਐਮਬੈਸੀ ਫੀਸ ਤੱਕ ਵੀ ਜਿਹੜੀ ਹੈਗੀ ਹੈ ਤੁਸੀਂ ਗਲੋਬਲ ਵੀਜ਼ਾ ਹੈਲਪਲਾਈਨ ਕੋਲ ਜੋ ਅਪਲਾਈ ਕਰਦੇ ਹੋ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਦੇ ਸਕਦੇ ਹੋ। ਓਵਰਆਲ 6 ਬੈਂਡ, 1 ਮੋਡਿਊਲ 5.5 ਬੈਂਡ ਜੇ ਤੁਹਾਡੇ ਹੈਗੇ ਆ ਤਾਂ ਕੈਨੇਡਾ ਦੇ ਤੁਸੀਂ ਟੋਰਾਂਟੋ ਦੇ ਵਿੱਚ ਪੜ੍ਹ ਸਕਦੇ ਹੋ ਜੀ, ਵੈਨਕੂਵਰ, ਸਰੀ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੈਗੇ ਹੋ। ਇਹਦੇ ਨਾਲ ਹੀ ਜਿਹੜੇ ਬੱਚਿਆਂ ਦੇ ਓਵਰਆਲ 6 ਬੈਂਡ ਆ, 1 ਚੋਂ 5 ਰਹਿ ਗਏ ਆ, ਉਹਨਾਂ ਬੱਚਿਆਂ ਲਈ ਖਾਸ ਔਫਰ ਹੈਗਾ ਜੀ ਕਿਊਬੈਕ ਸਟੱਡੀ ਵੀਜ਼ਾ ਦਾ। ਉਹ ਕਿਊਬੈਕ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕਦੇ ਆ। 5.5 ਬੈਂਡ ਦੇ ਨਾਲ ਵੀ ਤੁਸੀਂ ਕਿਊਬੈਕ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ। ਕਿਊਬੈਕ ਇੱਕ ਇੱਦਾਂ ਦੀ ਪ੍ਰੋਵਿੰਸ ਹੈਗੀ ਜਿੱਥੇ ਤੁਸੀਂ 5.5 ਬੈਂਡ ਨਾਲ ਵੀ ਜੇ ਕੈਨੇਡਾ ਜਾਂਦੇ ਹੈਗੇ ਹੋ ਕਿਊਬੈਕ ਦੇ ਵਿੱਚ, ਤਾਂ ਵੀ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਜਿਹੜਾ ਹੈਗਾ ਅਲਾਊਡ ਹੈਗਾ। ਬਾਕੀ ਕੈਨੇਡਾ ਦੇ ਵਿੱਚ ਤੁਸੀਂ ਕਿਤੇ ਵੀ 5.5, ਓਵਰਆਲ 6, 1 ਚ 5 ਜਾਂ 1.5 ਬੈਂਡ ਨਾਲ ਜੇ ਕੇਸ ਕਰ ਰਹੇ ਹੋ ਤਾਂ ਪੋਸਟ ਸਟੱਡੀ ਵਰਕ ਜਿਹੜੇ ਰਾਈਟਸ ਨੇ ਉਹ ਨਹੀਂ ਮਿਲ ਰਹੇ ਹੈਗੇ। ਇਹਦੇ ਨਾਲ ਹੀ ਮੈਂ ਕਹਿਣਾ ਚਾਹਾਂਗਾ ਬਹੁਤ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਨੇ ਕੈਨੇਡਾ ਲਈ ਪ੍ਰੋਸੈਸ ਹੋ ਰਹੀਆਂ ਨੇ। ਕਾਫੀ ਸਟੂਡੈਂਟਸ ਜਿਹੜੇ ਹੈਗੇ ਆ ਵੱਡੀ ਤਾਦਾਦ ਦੇ ਵਿੱਚ ਹੁਣ ਤੱਕ ਉੱਥੇ ਜਾ ਚੁੱਕੇ ਆ ਜੀ, ਪੰਜਾਬ ਤੋਂ ਜਾਂ ਇੰਡੀਆ ਤੋਂ ਜਾਂ ਹੋਰ ਆਪਾਂ ਕੰਟਰੀਜ਼ ਦੀ ਗੱਲ ਕਰੀਏ, ਚਾਈਨਾ ਤੋਂ ਬਹੁਤ ਜ਼ਿਆਦਾ ਸਟੂਡੈਂਟਸ ਜਾ ਰਹੇ ਆ। ਐਕਚੁਲੀ ਕੈਨੇਡਾ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਸਟੂਡੈਂਟ ਜਿੰਨਾ ਕਿਉਂ ਮਤਲਬ ਸਟੂਡੈਂਟਸ ਨੂੰ ਇੰਨਾ ਬੁਲਾਇਆ ਜਾ ਰਿਹਾ, ਇਹਦੇ ਕਾਫੀ ਜ਼ਿਆਦਾ ਰੀਜ਼ਨ ਨੇ। ਇੱਕ ਰੀਜ਼ਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਪਾਪੂਲੇਸ਼ਨ ਦਾ ਜਿਹੜਾ ਰੀਜ਼ਨ ਹੈਗਾ ਉੱਥੇ, ਜਿਹੜੀ ਉਹਨਾਂ ਦੀ ਪਾਪੂਲੇਸ਼ਨ ਆਲਰੇਡੀ ਇੱਕ ਤਾਂ ਬਹੁਤ ਜ਼ਿਆਦਾ ਘੱਟ ਹੈਗੀ ਆ ਪਾਪੂਲੇਸ਼ਨ, ਦੂਸਰਾ ਉਹਨਾਂ ਦਾ ਜਿਹੜਾ ਰੀਜ਼ਨ ਹੈਗਾ ਉਹਨਾਂ ਕੋਲ ਯੰਗੈਸਟ ਜਿਹੜੇ ਹੈਗੇ ਆ ਮੈਨ ਵੂਮੈਨ ਉਹ ਨਹੀਂ ਹੈਗੇ, ਕਾਫੀ ਏਜਡ ਜਿਹੜੇ ਲੋਕ ਆ ਕੈਨੇਡਾ ਦੇ ਜਿਹੜੇ ਵਸਨੀਕ ਹੈਗੇ ਆ। ਇੱਕ ਹੋਰ ਬੜੀ ਵੱਡੀ ਪ੍ਰੋਬਲਮ ਜਿਹੜੀ ਹੈਗੀ ਆ ਕੈਨੇਡਾ ਦੇ ਵਿੱਚ, ਗਰੋਥ ਜਿਹੜਾ ਪਾਪੂਲੇਸ਼ਨ ਦਾ ਗਰੋਥ ਰੇਟ ਹੈਗਾ ਉਹ ਬਹੁਤ ਘੱਟ ਹੈਗਾ। ਮਤਲਬ ਕਿ ਉੱਥੇ ਜਿੰਨੇ ਜਿਹੜੇ ਬੱਚੇ ਪੈਦਾ ਹੁੰਦੇ ਆ ਉਹ ਬਹੁਤ ਘੱਟ ਪੈਦਾ ਹੋ ਰਹੇ ਆ, ਅਤੇ ਜਿਹੜੇ ਡੈਥ ਹੋ ਰਹੀਆਂ ਨੇ ਜਿਹੜੀਆਂ ਕੈਨੇਡਾ ਦੇ ਵਿੱਚ ਉਹ ਬਹੁਤ ਜ਼ਿਆਦਾ ਫਰਕ ਹੈਗਾ ਗਰੋਥ ਰੇਟ ਉਹਨਾਂ ਦਾ ਮੈਨਸ ਦੇ ਵਿੱਚ ਜਾ ਰਿਹਾ ਹੈਗਾ। ਇਸ ਕਰਕੇ ਉਹਨਾਂ ਨੂੰ ਹੋਰ ਕੰਟਰੀਜ਼ ਤੋਂ ਜਿਹੜਾ ਹੈਗਾ ਸਟੂਡੈਂਟਸ ਦੇ ਵਿੱਚ ਸਟੂਡੈਂਟ ਦੇ ਰੂਪ ਦੇ ਵਿੱਚ ਉਹ ਬੁਲਾਉਂਦੇ ਹੈਗੇ ਆ। ਤਕਰੀਬਨ 2 ਸਾਲ ਦਾ ਬੱਚੇ ਦਾ ਕੋਰਸ ਹੁੰਦਾ, 3 ਸਾਲ ਦਾ ਜਾਂ 2 ਸਾਲ ਦਾ ਵਰਕ ਪਰਮਿਟ ਮਿਲਦਾ, ਉਸ ਤੋਂ ਬਾਅਦ ਬੱਚਾ ਐਲੀਜੀਬਲ ਹੁੰਦਾ PR ਦੇ ਲਈ। ਕਿਉਂਕਿ ਜਦੋਂ ਆਪਾਂ ਸੈਟਲਮੈਂਟ ਦੀ ਗੱਲ ਕਰਦੇ ਹਾਂ, 4-5 ਸਾਲ ਬੱਚਾ ਉੱਥੇ ਰਹਿੰਦਾ ਹੈਗਾ ਤਾਂ ਉਹਨੂੰ ਪ੍ਰੋਪਰ ਉੱਥੋਂ ਦਾ ਕਲਚਰ, ਉੱਥੋਂ ਦਾ ਸਾਰਾ ਕੁਛ ਜਿਹੜਾ ਹੈਗਾ ਪਤਾ ਲੱਗ ਜਾਂਦਾ, ਫਿਰ ਕੈਨੇਡੀਅਨ ਗੌਰਮੈਂਟ ਵੱਲੋਂ ਜਿਹੜੀ ਹੈਗੀ ਆ ਸਟੂਡੈਂਟਸ ਨੂੰ PR ਦਿੱਤੀ ਜਾਂਦੀ ਹੈਗੀ ਆ। ਡਾਇਰੈਕਟ ਤੁਸੀਂ PR ਦੇ ਲਈ ਵੀ ਅਪਲਾਈ ਕਰ ਸਕਦੇ ਹੈਗੇ ਹੋ ਜੇ ਤੁਸੀਂ ਗ੍ਰੈਜੂਏਟ ਹੈਗੇ ਹੋ, ਤੁਹਾਡੇ ਕੋਲ ਜੋਬ ਐਕਸਪੀਰੀਅੰਸ ਹੈਗਾ, GT ਦੇ ਵਿੱਚ ਤੁਹਾਡੇ ਅੱਛੇ ਬੈਂਡ ਸਕੋਰ ਹੈਗੇ, ਤਾਂ ਐਕਸਪ੍ਰੈਸ ਐਂਟਰੀ ਦੇ ਥਰੂ ਤੁਸੀਂ PR ਦੇ ਲਈ ਵੀ ਅਪਲਾਈ ਕਰ ਸਕਦੇ ਹੈਗੇ ਹੋ। ਹੋਰ ਆਪਾਂ ਕੈਨੇਡਾ ਦੀ ਗੱਲ ਕਰੀਏ, ਐਜੂਕੇਸ਼ਨ ਬਹੁਤ ਅੱਛੀ ਹੈ ਜੀ। ਵੈਦਰ ਦੀ ਗੱਲ ਕਰੀਏ, ਵੈਦਰ ਉੱਥੋਂ ਦਾ ਸਹੀ ਹੈਗਾ, ਕਈ ਜਗ੍ਹਾ 'ਤੇ ਥੋੜ੍ਹੀ ਜ਼ਿਆਦਾ ਠੰਡ ਹੈਗੀ ਹੈ, ਬਟ ਨੋਰਮਲੀ ਜਦੋਂ ਬੰਦਾ ਰਹਿੰਦਾ ਹੈਗਾ ਤਾਂ ਫਿਰ ਵੀ ਚੱਲਣ ਸਾਰ ਹੋ ਜਾਂਦੀ ਹੈਗੀ ਆ। ਉੱਥੋਂ ਦੇ ਸ਼ਹਿਰਾਂ ਦੀ ਮੈਂ ਗੱਲ ਕਰਨਾ ਚਾਹਾਂਗਾ, ਟੋਰਾਂਟੋ ਜਿਹੜਾ ਹੈਗਾ ਸਭ ਤੋਂ ਰਿਚੈਸਟ ਸ਼ਹਿਰ ਹੈਗਾ ਜੀ, ਟੋਰਾਂਟੋ ਸਭ ਤੋਂ ਅਮੀਰ ਲੋਕਾਂ ਦਾ ਸ਼ਹਿਰ ਟੋਰਾਂਟੋ ਹੈਗਾ ਕੈਨੇਡਾ ਦਾ। ਨੋਰਮਲ ਆਪਾਂ ਗੱਲ ਕਰੀਏ ਜਿੱਥੇ ਘੱਟ ਜਿਹੜਾ ਹੈਗਾ ਲਿਵਿੰਗ ਕੋਸਟ ਵਗੈਰਾ ਘੱਟ ਹੈਗੀ, ਉਹ ਕਿਊਬੈਕ ਦੇ ਵਿੱਚ ਹੈਗੀ ਆ। ਜੇ ਤੁਸੀਂ ਘੱਟ ਆਪਣਾ ਰੈਂਟ ਦੇਣਾ ਚਾਹੁੰਦੇ ਹੋ, ਤੁਹਾਡੀ ਲਿਵਿੰਗ ਕੋਸਟ ਘੱਟ ਹੋਵੇ, ਤਾਂ ਕਿਊਬੈਕ ਨੂੰ ਪ੍ਰੈਫਰ ਕਰੋ, ਕਿਊਬੈਕ ਦੇ ਵਿੱਚ ਸਟੱਡੀ ਕਰੋ, ਅਤੇ PR ਆਪਸ਼ਨ ਵੀ ਜਿਹੜੇ ਕਿਊਬੈਕ ਦੇ ਹੈਗੇ ਆ ਉਹ ਈਜ਼ੀ ਹੈਗੇ ਆ। ਫਿਰ ਤੋਂ ਮੈਂ ਇਹ ਕਹਿਣਾ ਚਾਹਾਂਗਾ ਗਲੋਬਲ ਵੀਜ਼ਾ ਹੈਲਪਲਾਈਨ ਦੇ ਥਰੂ ਜੇ ਤੁਸੀਂ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਦੇ ਹੈਗੇ ਹੋ ਤਾਂ ਕੋਈ ਵੀ ਤੁਹਾਨੂੰ ਨਿੱਕਾ ਪੈਸਾ ਐਡਵਾਂਸ ਦੇ ਵਿੱਚ ਦੇਣ ਦੀ ਲੋੜ ਨਹੀਂ ਹੈਗੀ, ਸਾਰੀ ਦੀ ਸਾਰੀ ਫੀਸ ਤੁਸੀਂ ਜਿਹੜੀ ਹੈਗੀ ਉਹ ਆਫਟਰ ਵੀਜ਼ਾ ਦੇ ਸਕਦੇ ਹੋ। ਅੰਬੈਸੀ ਫੀਸ ਤੱਕ ਤੁਸੀਂ ਆਫਟਰ ਵੀਜ਼ਾ ਦੇ ਸਕਦੇ ਹੋ, ਜਦੋਂ ਤੁਹਾਡਾ ਵੀਜ਼ਾ ਅਪਰੂਵ ਹੁੰਦਾ ਹੈਗਾ ਉਦੋਂ ਤੁਸੀਂ ਆਪਣੇ ਪੈਸੇ ਜਿਹੜੇ ਹੈਗੇ ਉਹ ਗਲੋਬਲ ਵੀਜ਼ਾ ਹੈਲਪਲਾਈਨ ਨੂੰ ਪੇ ਕਰਨੇ ਹੈਗੇ ਆ ਜੀ। ਹੋਰ ਵਧੇਰੇ ਕਿਸੇ ਵੀ ਜਾਣਕਾਰੀ ਦੇ ਲਈ ਤੁਸੀਂ
ਸੀਟਸ ਜਿਹੜੇ ਬੱਚੇ ਕਿਸੇ ਵੀ ਸਰਕਾਰੀ ਕਾਲਜ 'ਚ ਜੇ ਆਪਣੀ ਸੀਟ ਪਤਾ ਕਰਨਾ ਚਾਹੁੰਦੇ ਆ ਤਾਂ ਕਾਲ ਕਰਕੇ ਪੁੱਛ ਸਕਦੇ ਆ ਵੀ ਕਿਸੇ ਕਾਲਜ ਦੇ ਵਿੱਚ ਕਿਹੜੇ ਕੋਰਸ ਦੇ ਲਈ ਸੀਟਸ ਅਵੇਲੇਬਲ ਹੈਗੀਆਂ ਨੇ, ਕਿੰਨੇ ਟਾਈਮ 'ਚ ਆਫਰ ਲੈਟਰ ਆਏਗਾ। ਫਾਸਟ ਸਰਵਿਸ ਹੈਗੀ ਹੈ ਜੀ, ਡਾਇਰੈਕਟ ਮੈਨੂੰ ਮਿਲਣਾ ਚਾਹੁੰਦੇ ਹੋ ਚੰਡੀਗੜ੍ਹ ਖੰਨਾ ਜਲੰਧਰ ਦੀ ਅਪੁਆਇੰਟਮੈਂਟ ਬਣਾ ਕੇ ਮੈਨੂੰ ਮਿਲ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ 9503 9503 'ਤੇ ਕਾਲ ਕਰੋ ਜੀ, ਅਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਸਤਿ ਸ਼੍ਰੀ ਅਕਾਲ ਜੀ।